ਅਤੇ ਬਾਬੇ ਉਹ ਅਸੀਂ ਨਾਭੇ ਤੋਂ ਬੈਗ ਵਾੜ ਕੇ ਲੈ ਕੇ ਆਉਂਦਾ ਸਮਾਰਟ ਵੀਜ਼ਾ ਇਮੀਗ੍ਰੇਸ਼ਨ, ਜ਼ਰੂਰ ਵਿਜ਼ਿਟ ਕਰੋ ਇੱਥੇ ਆਰਮੀ ਸਟੇਸ਼ਨ ਲਾਹੌਰਾਂ ਗੇਟ ਨਾਭਾ। ਦੁਬਾਰਾ ਫਿਰ ਦੱਸ ਦੇਣਾ, ਭੋਜਨ ਦੀ ਤਲਾਸ਼ ਵਿੱਚ ਗਈ ਭੋਜਨ ਬਣ ਗਈ ਆਪ, ਸਖੀਆਂ ਨੂੰ ਦੱਸਦੀ ਫਿਰੇ ਭੋਜਨ ਖਾਣਾ ਪਾਪ। ਤਾਂ ਜ਼ਰੂਰ ਦੱਸੋ ਕਿਹੜੀ ਚੀਜ਼ ਹੈ, ਇੱਕ ਵਾਰੀ ਕਿਹੜਾ ਹੋਰ ਕਹਿ ਦੇ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਪਿੰਡਾਂ ਵਿੱਚ ਵੀ ਸ਼ਹਿਰਾਂ ਵਿੱਚ ਵੀ ਘੁੰਮਦੀ ਫਿਰਦੀ ਆ, ਇੱਕ ਥਾਂ ਵੀ ਖੜੀ ਰਹਿੰਦੀ ਆ। ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਘੁੰਮਦੀ ਆ ਪਰ ਆਪਦੀ ਜਗ੍ਹਾ 'ਤੇ ਖੜੀ ਰਹਿੰਦੀ? ਬਾਬਿਓ ਸਾਗ ਆ ਗਿਆ ਮਾਰਕੀਟ ਦੇ ਵਿੱਚ, ਜਿਹਨੇ ਸਾਗ ਲੈਣਾ ਤਾਂ ਸਾਡੇ ਨਾਲ ਸੰਪਰਕ ਕਰੋ। ਅਤੇ ਦੇਖੋ ਬਾਬਿਓ ਆਪਾਂ ਨੂੰ ਪਰਮ ਮਿਲ ਚੁੱਕਿਆ ਆਪਣਾ ਵੀਡੀਓ ਆਰਟਿਸਟ। ਹਾਂਜੀ, ਅੱਜ ਦਾ ਵਿਚਾਰ ਕੀ ਸੀ ਸਕੂਲ 'ਚ? ਸਤਿ ਸ਼੍ਰੀ ਅਕਾਲ ਪੰਜਾਬੀਓ, ਕੀ ਹਾਲ ਚਾਲ ਤੁਹਾਡਾ? ਉਮੀਦ ਆ ਸਾਰੇ ਠੀਕ ਹੋਵੋਗੇ। ਸਵਾਗਤ ਆ ਤੁਹਾਡਾ ਆਪਣੇ ਚੈਨਲ 'ਤੇ ਸੁੱਖ ਯੂਟਿਊਬਰ 'ਤੇ, ਅਤੇ ਅੱਜ ਦੇ ਨਵੇਂ ਵਲੌਗ ਦੇ ਵਿੱਚ। ਅਤੇ ਦੋਸਤੋ ਅੱਜ ਆਪਾਂ ਪੱਗ ਬੰਨੀ ਹੋਈ ਹੈ, ਅਤੇ ਪੱਗ ਵਧੀਆ ਲੱਗਦੀ ਹੋਵੇ ਤਾਂ ਲਾਈਕ ਕਰਿਓ। ਅਤੇ ਮੈਂ ਸਾਰੇ ਵੀਰਾਂ ਨੂੰ ਕਹਿਣਾ ਹੈ ਕਿ ਦਸਤਾਰ ਸਜਾ ਕੇ ਰੱਖੋ। ਅਤੇ ਦੋਸਤੋ ਅੱਜ ਆਪਾਂ ਤੁਹਾਨੂੰ ਨਾਭਾ ਸ਼ਹਿਰ ਦਿਖਾਉਂਦੇ ਹਾਂ, ਕਿਉਂਕਿ ਆਪਾਂ ਸਟੱਡੀ ਕਰਨ ਜਾਂਦੇ ਹਾਂ ਨਾ ਰੱਖੜੇ। ਅਤੇ ਮੈਂ ਸੋਚਿਆ ਚਲੋ ਅੱਜ ਤੁਹਾਨੂੰ ਨਾਭਾ ਸ਼ਹਿਰ ਦਿਖਾ ਦਈਏ। ਅਤੇ ਨਾਭੇ ਸ਼ਹਿਰ ਦੀਆਂ ਕਈ ਜਗ੍ਹਾਵਾਂ ਮੈਂ ਪਹਿਲਾਂ ਦਿਖਾ ਚੁੱਕੇ ਹਾਂ ਪਹਿਲਾਂ ਵਾਲੇ ਵਲੋਗਾਂ ਦੇ ਵਿੱਚ, ਅਤੇ ਅੱਜ ਫਿਰ ਦਿਖਾਉਂਦੇ ਹਾਂ ਤੁਹਾਨੂੰ ਨਾਭੇ ਦੇ ਵਿੱਚ। ਦੀਵਾਲੀ ਦੀਆਂ ਤਿਆਰੀਆਂ ਚੱਲਦੀਆਂ ਹੋਣਗੀਆਂ। ਅਤੇ ਇੱਧਰ ਦੇਖੋ ਦੋਸਤੋ, ਓਹੋ ਇੱਧਰ ਦੇਖੋ ਦੋਸਤੋ, ਆਪਣੇ ਇਹਨੂੰ ਛੱਡਣਾ ਆਪਾਂ ਰਤੰਬਣ ਕਾਲਜ, ਅਤੇ ਆਹ ਮੋਟਰਸਾਈਕਲ ਆਪਣਾ, ਇਹਦੇ ਲਿਖਿਆ ਆਪਾਂ ਸੁੱਖ ਯੂਟਿਊਬਰ। ਸਬਸਕ੍ਰਾਈਬ ਕਰ ਲਓ ਸਿੱਧੂ ਮੂਸੇ ਵਾਲਾ, ਅਤੇ ਸਿੱਧੂ ਮੂਸੇ ਵਾਲੇ ਦਾ ਫੈਨ ਹੈ ਜੀ ਆਪਾਂ। ਚੱਲੀਏ ਫਿਰ ਚੱਲ ਸਟਾਰਟ। ਅਤੇ ਸਵੇਰ ਦੀ ਠੰਡੀ ਠੰਡੀ ਹਵਾ ਬਹੁਤ ਹੀ ਘੈਂਟ ਲੱਗਦੀ ਹੈ, ਅਤੇ ਠੰਡ ਹੋ ਚੁੱਕੀ ਹੈ ਦੋਸਤੋ। ਕੱਪੜੇ ਸਰਦੀਆਂ ਵਾਲੇ ਕੱਢ ਲਵੋ, ਕਿਤੇ ਗਰਮੀ ਦੇ ਕੱਪੜਿਆਂ ਨਾਲ ਬਿਮਾਰ ਨਾ ਹੋ ਜਾਓ। ਅਤੇ ਬਹੁਤ ਠੰਡੀ ਹਵਾ ਲੱਗ ਰਹੀ ਹੈ, ਅਤੇ ਉਹ ਸਕੂਨ ਮਿਲਦਾ ਜੇ ਸਵੇਰੇ ਨਹਾ ਧੋ ਕੇ ਨਿਕਲ ਜਾਂਦੇ ਹਾਂ, ਅਤੇ ਸ਼ਾਮ ਨੂੰ ਫਿਰ ਆਈਦਾ ਸ਼ਾਮਾਂ ਨੂੰ। ਅਤੇ ਜ਼ਰੂਰ ਦੇਖੋ ਪੰਜ ਛੇ ਆਲਿਆਂ ਤੋਂ ਨਿਕਲ ਚੁੱਕੇ ਨੇ, ਅਤੇ ਹੱਥ ਨੇ ਚੋਗਾ ਚੁੱਕੇ ਆ ਜਾਣਗੇ। ਇੱਦਾਂ ਹੀ ਮਿੱਠੀਆਂ ਮਿੱਠੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਲੋਕ ਦੇ ਵਿੱਚ ਕਰਦੀਆਂ ਨੇ ਅੱਜ। ਚਲੋ ਚੱਲਦੇ ਹਾਂ। ਹਾਂਜੀ ਦੋਸਤੋ, ਆਪਾਂ ਨਾਭੇ ਸ਼ਹਿਰ ਵਿੱਚ ਐਂਟਰੀ ਕਰ ਚੁੱਕੇ ਹਾਂ। ਇਹ ਨਾਭਾ ਸ਼ਹਿਰ ਦਾ ਲਾਹੌਰਾਂ ਗੇਟ ਵੱਲ ਆਪਾਂ, ਅਤੇ ਨਾਭੇ ਦੇ ਨੇੜੇ ਲੱਗਦਾ ਲਾਹੌਰਾਂ ਪਿੰਡ, ਤਾਂ ਹੀ ਗੇਟ ਬਣੇ ਦੇ ਲਾਹੌਰਾਂ ਗੇਟ। ਅਤੇ ਦੇਖੋ ਸਵੇਰ ਦੀ ਹਲਚਲ, ਸਾਰੇ ਦੁਕਾਨਾਂ ਦੁਕਾਨਦਾਰ ਖੋਲ੍ਹ ਰਹੇ ਨੇ, ਟ੍ਰੈਫਿਕ ਹੌਲੀ ਹੌਲੀ ਬਾਜ਼ਾਰ ਵੱਲ ਨੂੰ ਵੱਧ ਰਹੀ ਆ, ਲੋਕਾਂ ਦਾ ਰੁਝਾਨ ਸ਼ਹਿਰ ਵੱਲ ਨੂੰ ਵੱਧ ਰਿਹਾ। ਅਤੇ ਦੇਖ ਸਕਦੇ ਹੋ ਤੁਸੀਂ ਦਿਵਾਲੀ ਕਰਕੇ ਟੈਂਟ ਸਾਰੇ ਦੁਕਾਨਾਂ ਦੇ ਬਾਹਰ ਲੱਗੇ ਹੋਏ ਨੇ, ਕਿਉਂਕਿ ਹਰੇਕ ਦੁਕਾਨਦਾਰ ਆਪਣੀ ਨਵੇਂ ਪ੍ਰੋਡਕਟ ਵੇਚਦੇ, ਨਵੀਆਂ ਚੀਜ਼ਾਂ ਵੇਚਦੇ। ਦੋਸਤੋ ਆ ਗਿਆ ਜੀ ਗੰਦਾ ਨਾਲਾ ਨਾਭਾ ਸ਼ਹਿਰ ਦਾ, ਇੱਥੋਂ ਗੰਦਾ ਪਾਣੀ ਜਾਂਦਾ। ਅਤੇ ਦੋਸਤੋ ਆ ਸੜਕ ਕਾਫੀ ਟੁੱਟੀ ਪਈ ਆ ਹਾਲੇ, ਤਾਂ ਚਲੋ ਹੌਲੀ ਹੌਲੀ ਦੇਖਦੇ ਹਾਂ ਬਣ ਜੂਗੀ ਹੌਲੀ ਹੌਲੀ। ਅਤੇ ਦੋਸਤੋ ਆ ਗਾਵਾਂ ਦਾ ਬਹੁਤ ਔਖਾ ਹੈ, ਬਹੁਤ ਵਾਰ ਐਕਸੀਡੈਂਟ ਹੁੰਦੇ ਹੁੰਦੇ ਬੱਚਿਆਂ ਮੇਰਾ, ਅਤੇ ਹੁਣ ਦੇਖ ਸਕਦੇ ਹਾਂ ਮੋਟਰਾਂ ਦੇ ਮੂਹਰੇ ਆ ਜਾਣੀਆਂ ਸੀ। ਅਤੇ ਦੋਸਤੋ ਇਹ ਸਾਹਮਣੇ ਆ ਚੁੱਕਿਆ ਨਾਭਾ ਛਾਉਣੀ, ਅਤੇ ਨਾਭੇ ਬਹੁਤ ਵੱਡੀ ਛਾਉਣੀ ਹੈ, ਆਹ ਦੇਖ ਸਕਦੇ ਹੋ ਮਿਲਟਰੀ ਸਟੇਸ਼ਨ ਨਾਭਾ ਪਹੁੰਚ ਚੁੱਕੇ ਹਾਂ ਆਪਾਂ। ਇੱਥੇ ਬਹੁਤ ਵਧੀਆ ਕੰਟੀਨ ਬਣੀ ਹੋਈ ਹੈ ਅੰਦਰ, ਜਿੱਥੋਂ ਫੌਜੀਆਂ ਨੂੰ ਸਮਾਨ ਮਿਲਦਾ, ਅਤੇ ਆਹ ਦੇਖ ਸਕਦੇ ਹੋ ਤੁਸੀਂ ਟੈਂਕ ਬਣਿਆ ਹੋਇਆ।
पर सड़क बन जाए बहुत वधिया होजूगा। तो सामने लिखा भी है मिलट्री स्टेशन लोरांगेट नाभा, तो हाँ देख सकते हो मिलट्री स्टेशन। इस बस रास्ता बंद कर मिलट्री स्टेशन का बहुत ही जगह दे विच है, पता नहीं किन्नी क जगह होगी। तो दोस्तों अगे आप पहुँच चुके हैं, दुकाना खुल चुके हैं लोरांगेट, देख सकते हो किमें सजावट हुई पी ने नाभा शहर के बिच। क्या बात है जी, भांडे भूडे मैं कहना मेरे नवे लै लो दिवाली नू, ते क्या बात है। नाभा शहर बहुत वधिया सुधार हो गया, हम जिथे आप जा रहे थे बहुत ही नर्क हुंदा सी, नाभा शहर बहुत वधिया बन चुके हुण तां लोक किट लग चुकी है ते सफाई हो चुकी है। चलो दोस्तों हुण आपां पटियाला रोड ते चढ़ चुके हैं, पटियाले तो रखड़ा देख सकते हो, तो अगे अपना मित्र जा रहे हैं। चलो हुण आपां मिलदे हैं रखड़े आई टी आई। बाबिओ आपां पहुँच चुके हैं आई टी आई, इत्थे आपां स्टडी करदे हैं, तो अपना मित्र करन विराज भी पहुँच चुके हैं। इहदा पिंड संगरूर दे लागे विराज पिंड, किन्नी क वड़ पै जांदी इत्थों? पै जांदी आ 24-25। हाँ 24-25 पै जांदी आ, इन्नी की आपां नूं पै जांदी आ। तो आपां नाभा होके आउंदे हां, तो चलो फिर आप बाद मिलते हैं स्टडी करने तो बाद, फिर आप मारा गल बात इतने पार्क च बह के, ठीक है। तो बाबे वो असी नाभे तो बैग वाड़ के लेके आता समार्ट वीजा इमीग्रेसन, जरूर विजिट करो इतने आर्मी स्टेशन लोरांगेट नाभा, तो जल्दी आप मिलेंगे समार्ट वीजा इमीग्रेसन भी। तो दोस्तों जरूर विजिट करो, ठीक है, मिलते हैं। असी पार्क के आगे बैठ चुके हैं, तो यार मित्र बैठे ने करन हरमन भाई, तेरा नाम भुल गया जी मैं, हैं जैलदार कहते हैं भाई ने, कहते जैलदार कहते हैं, निक्का जैलदार भी कह सकते हो। तो मित्र प्यारे हो तो पार्क देख सकते हो कि घंट पार्क है। तो मित्र प्यारे हो तुम दस दिए हूँ असी हर एक ब्लॉक के बुझारत पुसया करा, जेकर तुम वो बुझारत के जवाब देवा करोगे तो अगले ब्लॉक के थोड़ा ना बोलिया करा, तो कमेंट में बुझारत का आंसर जरूर दो। तो भाई करन महाराज हुण तुहानूं बुझारत पाउण लग्या, भाई पा बुझारत। इह जी किहड़ी चीज़ आ जिहड़ी पिंडां विच शहरां विच घुम्मदी आ पर इक थां ते खड़ी रहिंदी आ, दसो दुबारा फिर दस दे भाई इक वारी किहड़ा होर कह दे। इह जी किहड़ी चीज़ आ जिहड़ी पिंडां विच वी शहरां विच वी घुम्मदी फिरदी आ इक थां वी खड़ी रहिंदी आ? इह जी किहड़ी चीज़ है जिहड़ी पिंडां ते शहरां विच घुम्मदी आ पर आपदी जगह ते खड़ी रहिंदी आ? तां जरूर दस्सिओ कमेंटां दे विच। तो एक बुझारत होर पाँदा है भाई। हाँ जी मित्र प्यारे हो थोनू एक बुझारत मैं पाँना, भोजन की तलाश विच गई भोजन बन गई आप, सखियां नू दस दी फिरे भोजन खाना पाप। दोबारा फिर दस देना, भोजन की तलाश विच गई भोजन बन गई आप, सखियां नू दस दी फिरे भोजन खाना पाप। तां जरूर दस्सो किहड़ी चीज़ है, तो कमेंटा विच जरूर दस्सो, तो मैं कमेंट रीड करने ने। तो उस तो बाद नैक्सट ब्लॉग दे विच ਆਪਾਂ ਨਾਂ ਬੋਲਣੇ ਨੇ, ਅਤੇ ਦੇਖਦੇ ਹਾਂ ਕੌਣ ਦਿਮਾਗ ਲਗਾਉਂਦਾ ਅਤੇ ਕੌਣ ਬੁੱਝਦਾ ਬੁਝਾਰਤ। ਇੱਦਾਂ ਹੀ ਤੁਹਾਡੇ ਲਈ ਬੁਝਾਰਤਾਂ ਪਾਇਆ ਕਰਨੀਆਂ ਨੇ। ਅਤੇ ਹੁਣ ਅਸੀਂ ਇੱਥੋਂ ਚੱਲਦੇ ਹਾਂ, ਅੱਗੇ ਮਿਲਦੇ ਹਾਂ ਆਪਾਂ ਬਲੌਗ ਦੇ ਵਿੱਚ, ਅਤੇ ਬਸ ਚੱਲਦੇ ਰਹਿਣਾ ਜ਼ਿੰਦਗੀ ਦਾ ਇਹੀ ਰੂਲ ਹੈ, ਅਤੇ ਮਿਲਦੇ ਹਾਂ ਅੱਗੇ। ਅਤੇ ਚੱਲਦੇ ਹਾਂ ਮਿੱਤਰ ਪਿਆਰੇ ਹੋ, ਮੋਟਰ ਮਾਰ ਲਈ ਅਤੇ ਕਰਨ ਵਰਾ ਜਾਣੀ ਵੀ ਚੱਲੇ। ਬਾਬਿਓ ਸਾਗ ਆ ਗਿਆ ਮਾਰਕੀਟ ਦੇ ਵਿੱਚ, ਜਿਹਨੇ ਸਾਗ ਲੈਣਾ ਤਾਂ ਸਾਡੇ ਨਾਲ ਸੰਪਰਕ ਕਰੋ, ਅਤੇ 100 ਰੁਪਏ ਦਾ ਕਹਿੰਦੇ 2.5 ਕਿਲੋ ਹੈ ਜੀ ਸਾਗ। ਜਾਂ ਦੇਖ ਸਕਦੇ ਤੁਸੀਂ ਵਧੀਆ ਸਾਗ ਦੇਖ ਸਕਦੇ ਤੁਸੀਂ, ਸਾਹਮਣੇ ਆਈ ਪ੍ਰੀਤ ਫੈਕਟਰੀ ਨਾਭੇ ਦੀ ਦੇਖ ਸਕਦੇ ਹੋ ਤੁਸੀਂ, ਕਿੰਨੀ ਟ੍ਰੈਫਿਕ ਚੱਲਦੀ ਹੈ ਇੱਧਰ ਘਟਨਾ ਲਾਗੇ ਇਸ ਤਰ੍ਹਾਂ ਨਾਭੇ ਦਾ ਖੰਬੇ ਕੋਟਲਾ ਬਾਈਪਾਸ ਨਿਕਲ, ਬਹੁਤ ਵੀਲਰ ਚੱਲਦੇ ਨੇ ਇੱਥੋਂ, ਇੱਧਰ ਵੀ ਦੇਖੋ ਗੱਡੀ ਜਾਂਦੀ। ਹਾਂ ਮਿੱਤਰ ਪਿਆਰ ਨਾਭੇ ਪਹੁੰਚ ਚੁੱਕੇ ਹਾਂ ਆਪਾਂ ਲੋਰਾਂਗੇ, ਨਾਭਾ ਪੂਰਾ ਵਿਆਹ ਵਾਂਗ ਸਜਾਇਆ ਪਿਆ, ਲੜੀਆਂ ਲੁੜੀਆਂ ਲੱਗੀਆਂ ਪਈਆਂ ਨੇ ਦਿਖਾਉਣ ਲੱਗਣ ਘੁੰਮ ਫਿਰ ਕੇ।
ਗਈਆਂ ਦੇਖੋ ਵੀ ਬਹੁਤ ਸਜਾਵਟ ਹੋਈ ਪਈ ਆ ਮੈਂ ਪਿੱਛੇ ਦੇਖ ਕੇ ਆਇਆ ਇੰਨੀ ਚੀਜ਼ ਆਪਾਂ ਗੌਰ ਵੀ ਨਹੀਂ ਕਰ ਸਕਦੇ ਭਾਂਡੇ ਭੁੰਡਿਆਂ ਦੀਆਂ ਦੁਕਾਨਾਂ ਹਨ ਐਨ ਪੂਰੀਆਂ ਸਜੀਆਂ ਰਹੀਆਂ ਨੇ ਅਤੇ ਚਲੋ ਆਪਾਂ ਮਿਲਦੇ ਹਾਂ ਢਾਬੇ 'ਤੇ ਬੈਠ ਚੁੱਕੇ ਹਾਂ ਮਿੱਤਰੋ ਪਿਆਰੇ ਹੋ ਅਤੇ ਭੁੱਖ ਲੱਗਦੀ ਹੈ ਯਾਰ ਬੋਲਣਾ ਕਿਹੜਾ ਸੌਖਾ ਹੈ ਨਾ ਬੰਦਾ ਥੱਕ ਕੇ ਜਾਂਦਾ ਹੈ ਕੈਮਰਾ ਵੜਦਾ ਵੜਦੇ ਅਤੇ ਚਲੋ ਇੱਥੇ ਖਾਂਦੇ ਪੀਂਦੇ ਹਾਂ ਫਿਰ ਮਿਲਦੇ ਹਾਂ ਆਪਾਂ ਅੱਗੇ ਇੱਕ ਦੇਖੋ ਬਾਬੇ ਆਪਾਂ ਨੂੰ ਪਰਮ ਮਿਲ ਚੁੱਕਿਆ ਹੈ ਆਪਣਾ ਵੀਡੀਓ ਆਰਟਿਸਟ ਹਾਂਜੀ ਅੱਜ ਦਾ ਵਿਚਾਰ ਕੀ ਸੀ ਸਕੂਲ 'ਚ ਦੱਸ ਦੇ ਜਿਹੜਾ ਪਹਿਲਾਂ ਦੱਸਦਾ ਸੁਣਾ ਯਾਰ ਸੁਣਾ ਦੇ ਯਾਰ ਇੰਨੀ ਆਡੀਅੰਸ ਦੇਖ ਰਹੀ ਆ ਦੁਨੀਆ ਦਿਖਦੀ ਤੈਨੂੰ ਪਰ ਦੁਨੀਆ ਦਿਖਾ ਦਿੰਦੀ ਆ ਕਹਿੰਦਾ ਦੁਨੀਆ ਦਿਖਦੀ ਨਹੀਂ ਪਰ ਦੁਨੀਆ ਦਿਖਾ ਦਿੰਦੀ ਹੈ ਇਹੀ ਆ ਅੱਛਾ ਸਮਾਂ ਦਿਖਦਾ ਨਹੀਂ ਸਮਾਂ ਬਹੁਤ ਕੁਝ ਦਿਖਾ ਦਿੰਦਾ ਪਤੰਦਰ ਗਲਤ ਬੋਲਦਾ ਦੇਖੋ ਮਿਸਟੇਕ ਹੈ ਇਹਦੀ ਹੋਰ ਪਰਮ ਬਣਾਈਏ ਕੋਈ ਵੀਡੀਓ ਨਹੀਂ ਹਾਂਜੀ ਦੋਸਤੋ ਆਪਾਂ ਘਰ ਵਿਜਿਟ ਕਰ ਚੁੱਕੇ ਹਾਂ ਕਿੱਦਾਂ ਲੱਗਿਆ ਤੁਹਾਨੂੰ ਅੱਜ ਦਾ ਵਲੌਗ ਉਮੀਦ ਆ ਬਹੁਤ ਹੀ ਵਧੀਆ ਲੱਗਿਆ ਹੋਊਗਾ ਜੇਕਰ ਤੁਸੀਂ ਇੱਦਾਂ ਦੇ ਹੀ ਵਲੌਗ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਤੁਹਾਡੇ ਵਾਸਤੇ ਇੱਦਾਂ ਹੀ ਡੇਲੀ ਵਲੌਗ ਲੈ ਕੇ ਆਇਆ ਕਰਾਂਗੇ ਅਤੇ ਵਧੀਆ ਵਧੀਆ ਇਨਫੋਰਮੇਸ਼ਨ ਦਿਆ ਕਰਾਂਗੇ ਅਤੇ ਦੋਸਤੋ ਹਜ਼ਾਰਤਾਂ ਦੇ ਜਵਾਬ ਜ਼ਰੂਰ ਦਿਓ ਜਿਹਦਾ ਜਵਾਬ ਸਹੀ ਹੋਇਆ ਆਪਾਂ ਉਹਨਾਂ ਦੇ ਨਾਂ ਬੋਲਾਂਗੇ ਅਤੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਉ ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਬੈਲ ਆਈਕਨ ਦੀ ਘੰਟੀ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਕੋਲ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓਆਂ ਅਤੇ ਨਵੇਂ ਵਲੌਗ ਦੀ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ ਧੰਨਵਾਦ।